ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਵੀਡੀਓ ਦੇ ਵਿੱਚ। ਅਤੇ ਕੋਵਿਡ ਦੀਆਂ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਅਤੇ ਮੈਂ ਕਰ ਲਿਆ ਆਪਣਾ ਟੂਰ ਪਲੈਨ ਜੀ ਇੰਗਲੈਂਡ ਦਾ, ਅਤੇ ਇੰਗਲੈਂਡ ਦੇ ਨਾਲ ਮੈਂ ਜਾਊਂਗਾ ਯੂਰਪ। ਹਲੇ ਉਹਦੇ ਬਾਰੇ ਮੈਂ ਕੁਛ ਡਿਸਾਈਡ ਨਹੀਂ ਕੀਤਾ ਕਿਹੜੀਆਂ ਕੰਟਰੀਆਂ ਜਾਣੀਆਂ, ਕਿਹੜੀਆਂ ਕੰਟਰੀਆਂ 'ਚ ਜਾਣਾ। ਅਤੇ ਮੇਰੇ ਕੋਲ ਇੰਗਲੈਂਡ ਦੇ ਨਾਲ ਨਾਲ ਮੇਰੇ ਕੋਲ ਸ਼ੈਂਗਨ ਵੀਜ਼ਾ ਵੀ ਹੈਗਾ। ਅਤੇ ਜਿਹੜਾ ਇੰਗਲੈਂਡ ਦਾ ਵੀਜ਼ਾ ਉਹ 5 ਸਾਲ ਦਾ ਵੀਜ਼ਾ ਮੇਰੇ ਕੋਲ, ਅਤੇ ਵੀਜ਼ਾ ਲੱਗੇ ਨੂੰ ਵੀ ਸਾਲ ਹੋ ਗਿਆ, ਬਟ ਮੇਰੇ ਤੋਂ ਹਲੇ ਤੱਕ ਜਾ ਨਹੀਂ ਹੋਇਆ। ਹੁਣ ਥੋੜ੍ਹੀਆਂ ਟਿਕਟਾਂ ਸਸਤੀਆਂ ਹੋਈਆਂ, ਤਾਂ ਮੈਂ ਟਿਕਟਾਂ ਦੀ ਤਾਂ ਗੱਲ ਛੱਡੋ, ਜਿਹੜਾ ਕੋਵਿਡ ਕਰਕੇ ਜਿਹੜਾ ਬੰਦੇ ਨੂੰ ਖੱਜਲ ਖਰਾਬ ਕਰਦੇ ਸੀ ਨਾ, ਉਹ ਪਾਬੰਦੀਆਂ ਹੁਣ ਹਟ ਗਈਆਂ, ਤਾਂ ਮੈਂ ਸੋਚਿਆ ਕਿ ਚਲੋ ਆਪਾਂ ਵੀ ਇੱਕ ਵਿਜ਼ਿਟ ਕਰ ਹੀ ਆਉਂਦੇ ਹਾਂ। ਅਤੇ ਇੱਥੇ ਉਹ ਕਹਿੰਦਾ ਕਿ ਵੀ ਤੁਸੀਂ ਜਿਹੜਾ ਲਗੇਜ ਥੱਲੇ ਭੇਜਣਾ, ਉਹਦੇ ਵਿੱਚ ਤੁਸੀਂ ਕੋਈ ਬੈਟਰੀ, ਲੈਪਟੋਪ ਜਾਂ ਪਾਵਰ ਬੈਂਕ ਵਰਗੀਆਂ ਚੀਜ਼ਾਂ ਨਾ ਭੇਜੋ। ਇਹ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ, ਕਿਉਂਕਿ ਜਿਹੜੀਆਂ ਪਲੇਨ ਦੇ ਥੱਲੇ ਜਾਂਦਾ ਜਿਹੜਾ ਸਮਾਨ, ਉਹਦੇ 'ਚ ਕੋਈ ਚੀਜ਼ ਇੱਦਾਂ ਦੀ ਨਾ ਹੋਵੇ ਕਿ ਕਿਤੇ ਕੋਈ ਪ੍ਰੋਬਲਮ ਆ ਜਾਵੇ। ਅਤੇ ਬਾਕੀ ਗੱਲ ਕਰਦੇ ਸੀ ਵੀਜ਼ੇ ਦੀ, ਇੰਗਲੈਂਡ ਦਾ ਜਿਹੜਾ ਵੀਜ਼ਾ ਲਿਆ ਮੈਂ, ਪਹਿਲਾਂ ਮੇਰੇ ਕੋਲ 6 ਮਹੀਨੇ ਦਾ ਵੀਜ਼ਾ ਸੀ, ਫਿਰ ਇੱਕ 6 ਮਹੀਨੇ ਦਾ ਵੀਜ਼ਾ ਸੀ, ਉਸ ਤੋਂ ਬਾਅਦ ਮੈਂ 2 ਸਾਲ ਦਾ ਵੀਜ਼ਾ ਲਿਆ, ਅਤੇ ਹੁਣ ਮੇਰੇ ਕੋਲ ਇੰਗਲੈਂਡ ਦਾ 5 ਸਾਲ ਦਾ ਵੀਜ਼ਾ ਆ। ਅਤੇ ਇਸ 5 ਸਾਲ ਦੇ ਵੀਜ਼ੇ ਦੀ ਅੰਬੈਸੀ ਫੀਸ ਬਹੁਤ ਜ਼ਿਆਦਾ ਆ ਇੰਗਲੈਂਡ ਦਾ, ਜਿੱਦਾਂ ਆਪਾਂ ਕਹਿ ਸਕਦੇ ਹਾਂ ਕੈਨੇਡਾ ਜਾਂ ਅਮੈਰੀਕਾ, 10-12 ਹਜ਼ਾਰ ਅੰਬੈਸੀ ਫੀਸ ਖਰਚ ਕੇ ਹੀ ਬੰਦੇ ਨੂੰ 10 ਸਾਲ ਦਾ ਮਲਟੀਪਲ ਵੀਜ਼ਾ ਜਾਂ ਜਿੰਨੇ ਚਿਰ ਦਾ ਪਾਸਪੋਰਟ ਵੈਲਿਡਿਟੀ ਆ ਉਨੇ ਚਿਰ ਦਾ ਵੀਜ਼ਾ ਦੇ ਦਿੰਦਾ, ਪਰ ਇੰਗਲੈਂਡ ਇਸ ਪੱਖੋਂ ਮਹਿੰਗਾ ਆ। ਇੱਥੇ ਮੈਂ ਪੁੱਛਿਆ ਸੀ ਕਿ ਜੇ ਆਪਣੀ ਸਿਮ ਨੂੰ ਇੰਟਰਨੈਸ਼ਨਲ ਕਰਾਉਣਾ ਹੋਵੇ ਤਾਂ ਉਹ ਕਹਿੰਦਾ 100 ਮਿੰਟ ਤੁਸੀਂ ਕਾਲਿੰਗ ਸੁਣ ਸਕਦੇ ਅਤੇ 1 GB ਡਾਟਾ ਮਿਲੂਗਾ 1100 ਰੁਪਏ ਦੇ ਵਿੱਚ, ਅਤੇ 1 ਮਹੀਨਾ ਉਹਦੀ ਮਿਆਦ ਹੋਊਗੀ। ਪਰ ਇਹ ਇੰਗਲੈਂਡ ਨਾਲੋਂ ਮਹਿੰਗਾ ਆ, ਉੱਥੇ 1 GB ਡਾਟਾ 5 ਪਾਉਂਡ ਦੇ ਵਿੱਚ ਮਿਲ ਜਾਂਦਾ, ਅਤੇ ਮੈਂ ਸੋਚਿਆ ਕਿ ਚੱਲ ਉੱਥੇ ਜਾ ਕੇ ਹੀ ਸਿਮ ਲਵਾਂਗੇ। ਅਤੇ ਬਾਕੀ ਜਿਹੜਾ ਸ਼ੈਂਗਨ ਵੀਜ਼ਾ, ਇਹ ਮੈਂ ਹੋਟਲ ਬੁਕਿੰਗ 'ਤੇ ਲਿਆ ਜੀ, ਅਤੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਏਜੰਟ ਨੂੰ 14-14, 15-15 ਲੱਖ ਹੀ ਦੇਣਾ ਆ, ਅਤੇ ਜੇ ਤੁਹਾਡੀ ਫਾਈਲ ਸਟਰੋਂਗ ਆ, ਤੁਹਾਡੇ ਕੋਲ ਫੰਡ ਹੈਗੇ ਆ ਜਿਹੜੇ ਤੁਹਾਡੇ ਅਕਾਊਂਟ ਦੇ ਵਿੱਚ ਹੋਣ, ਤਾਂ ਤੁਸੀਂ ਹੋਟਲ ਬੁਕਿੰਗ 'ਤੇ ਵੀ ਵੀਜ਼ਾ ਲੈ ਸਕਦੇ ਹਾਂ। ਕਈਆਂ ਨੇ ਕਹਿਣਾ ਵੀ ਤੈਨੂੰ ਤਾਂ ਮਿਲ ਗਿਆ ਅਤੇ ਤੇਰੇ ਕੋਲ ਇੰਗਲੈਂਡ ਦਾ ਵੀਜ਼ਾ ਸੀ। ਨਹੀਂ, ਇੱਦਾਂ ਨਹੀਂ ਆ, ਮੈਂ 3ਜੀ ਵਾਰੀ ਯੂਰਪ ਵੀ 3ਜੀ ਵਾਰੀ ਟਰੈਵਲ ਕਰਨ ਲੱਗਾ, 3ਜੀ ਵਾਰੀ ਮੈਂ ਹੋਟਲ ਬੁਕਿੰਗ 'ਤੇ ਹੀ ਪਹਿਲਾਂ ਵੀ ਵੀਜ਼ਾ ਲਿਆ। ਅਤੇ ਇਹ ਸਾਰਾ ਡਿਊਟੀ ਫਰੀ ਏਰੀਆ ਜੀ, ਆਪਾਂ ਕੋਲ ਉਹ ਚੀਜ਼ ਹੈ ਨਹੀਂ ਕਿ ਉੱਥੋਂ ਮੈਂ ਜਾਵਾਂ ਤਾਂ ਸਭ ਤੋਂ ਮਹਿੰਗੀ ਬੋਤਲ ਫੜ ਕੇ ਕਹਾਂ ਜੀ ਆ ਰਹੇ ਤੁਹਾਨੂੰ ਦੁਨੀਆ ਦੀ ਮਹਿੰਗੀ ਦਾਰੂ ਦਿਖਾਉਂਦੇ ਹਾਂ। ਆਪਾਂ ਇੱਦਾਂ ਦੀਆਂ ਵੀਡੀਓ ਨਹੀਂ ਬਣਾ ਸਕਦੇ, ਕਿਉਂਕਿ ਆਪਾਂ ਤੋਂ ਤਾਂ ਜਿੰਨਾ ਕੁ ਕੰਟੈਂਟ ਬਣਦਾ ਆਪਾਂ ਉਹੀ ਬਣਾਵਾਂਗੇ। ਇਹ ਦੇਖਣ ਵਾਲੇ ਹੀ ਦੱਸ ਸਕਦੇ ਆ ਕਿ ਵੀਡੀਓ ਚੰਗੀ ਆ ਕਿ ਮਾੜੀ ਆ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਅਤੇ ਇਸ ਵਾਰੀ ਮੈਂ ਕੁੜਤਾ ਪਜਾਮਾ ਯੂਜ਼ ਕੀਤਾ, ਵੀ ਕੁੜਤਾ ਪਜਾਮਾ ਪਾ ਕੇ ਚੱਲਦੇ, ਕਿਉਂਕਿ ਦਿੱਲੀ ਏਅਰਪੋਰਟ ਦੇ ਅੰਦਰ ਗੇਟ ਕਈ ਵਾਰੀ ਬਹੁਤ ਲਾਸਟ ਦੇ ਵਿੱਚ ਹੁੰਦਾ ਅਤੇ ਕਾਫੀ ਬਾਟ ਅੰਦਰ ਤੁਰਨਾ ਪੈ ਜਾਂਦਾ ਹੈ ਨਾ, ਅਤੇ ਕੁੜਤੇ ਪਜਾਮੇ 'ਚ ਥੋੜ੍ਹਾ ਜਿਹਾ ਬੰਦਾ ਰਿਲੈਕਸ ਰਹਿੰਦਾ। ਫਲਾਈਟ ਹੈਗੀ ਆ 6:30 ਵਜੇ, ਅਤੇ ਹੁਣ 1.25 ਘੰਟਾ ਹੀ ਬਚਦਾ ਆ ਫਲਾਈਟ ਨੂੰ, ਅਤੇ ਬੋਰਡਿੰਗ ਹੁਣ ਸਟਾਰਟ ਹੋਣ ਵਾਲੀ ਆ, ਅਤੇ ਬੋਰਡਿੰਗ ਹੋਣ ਤੋਂ ਬਾਅਦ ਅਸੀਂ ਸਿੱਧਾ ਜਾਵਾਂਗੇ ਪਲੇਨ ਦੇ ਵਿੱਚ। ਸਾਊਦੀ ਅਰਬ ਦੀ ਏਅਰਲਾਈਨ ਇਸ ਕਰਕੇ ਵਧੀਆ ਹੈ। ਇੱਕ ਚੀਜ਼ ਹੋਰ, ਡਿਊਟੀ ਫਰੀ ਦੇ ਵਿੱਚੋਂ ਮੈਂ ਪੁੱਛਿਆ ਸੀ ਕਿ ਜੇ ਡਰਿੰਕ ਲੈ ਕੇ ਜਾਣੀ ਹੋਵੇ ਜਾਂ ਜਿੱਦਾਂ ਉੱਥੇ ਕਈ ਇੱਕ ਮੇਰਾ ਫਰੈਂਡ ਹੈਗਾ ਉਹ ਸਿਗਟਾਂ ਮੰਗਾ ਲੈਂਦਾ ਹੁੰਦਾ, ਫਿਰ ਡਿਊਟੀ ਫਰੀ 'ਚੋਂ ਸਿਗਟਾਂ ਚੱਕ ਲਈ ਹੈ ਨਾ, ਅਤੇ ਉਹ ਕਹਿੰਦੇ ਤੁਸੀਂ ਇੱਦਾਂ ਦੀ ਚੀਜ਼ ਵੀ ਲੈ ਕੇ ਜਾ ਨਹੀਂ ਸਕਦੇ। ਅਤੇ ਮੈਂ ਕਹਿੰਦਾ ਜਿਹੜੇ ਬੰਦੇ ਕੋਵਿਡ ਹੁੰਦੇ ਆ ਪਲੇਨ ਦੇ ਵਿੱਚ ਪੀ ਕੇ, ਉਹ ਉਹਨਾਂ ਪਰਿਵਾਰਾਂ ਨੂੰ ਬੇਨਤੀ ਆ ਵੀ ਆਪਣੇ ਉਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਪਲੇਨ 'ਚ ਖਾਰੂ ਪਾਉਂਦੇ ਆ, ਉਹਨਾਂ ਨੂੰ ਤੁਸੀਂ ਸਾਊਦੀ ਅਰਬ ਦੀ ਏਅਰਲਾਈਨ 'ਚ ਲੈ ਕੇ ਆਓ, ਨਾ ਤਾਂ ਇਹ 'ਚ ਦਾਰੂ ਮਿਲਣੀ ਆ, ਨਾ ਇਹਦੇ 'ਚ ਕੋਈ ਹੋਰ ਤੁਸੀਂ ਇੱਦਾਂ ਦੀ ਚੀਜ਼ ਚੱਕ ਸਕਦੇ ਆ ਜਿਹਦੇ ਨਾਲ ਬੰਦਾ ਸੈੱਟ ਹੋ ਕੇ ਖਾਰੂ ਪਾਵੇ। ਅਤੇ ਫਾਈਨਲੀ ਹੁਣ ਟਾਈਮ ਹੋ ਗਿਆ ਜੀ, ਬੋਰਡਿੰਗ ਹੋ ਗਈ ਆ, ਅਤੇ ਹੁਣ ਪਲੇਨ ਵੱਲ ਜਾਣ ਦਾ ਟਾਈਮ ਹੋ ਗਿਆ, ਅਤੇ ਸੀੜੀਆਂ ਸਿੱਧੀਆਂ ਥੱਲੇ ਜਾਊਗੀਆਂ, ਅਤੇ ਮੈਨੂੰ ਉਮੀਦ ਆ ਕਿ ਮੋਰੇ ਇੱਕ ਸੁਰੰਗ ਜੀ ਹੋਊਗੀ ਜਿਹਦੇ 'ਚ ਜਿਹੜੀ ਸਿੱਧੀ ਸਾਨੂੰ ਪਲੇਨ ਦੇ ਦਰਵਾਜ਼ੇ ਤੱਕ ਲੈ ਕੇ ਜਾਊਗੀ। ਅਤੇ ਜਦੋਂ ਮੇਨ ਆਪਾਂ ਚੈੱਕ ਇਨ ਕਰਕੇ ਆ ਜਾਂਦੇ ਹਾਂ, ਜਦੋਂ ਸਟੈਂਪ ਹੋ ਜਾਂਦੀ ਪਾਸਪੋਰਟ 'ਤੇ, ਤਾਂ ਉਸ ਤੋਂ ਬਾਅਦ ਫਿਰ ਪਾਸਪੋਰਟ ਨਹੀਂ ਦੇਖਦੇ, ਫਿਰ ਤਾਂ ਹਰ ਜਗ੍ਹਾ ਬੋਰਡਿੰਗ ਪਾਸ ਹੀ ਦੇਖਦੇ ਆ। ਇੱਥੇ ਵੀ ਹੁਣ ਉਹ ਸਾਹਮਣੇ ਬੋਰਡਿੰਗ ਚੈੱਕ ਕਰੂਗੇ, ਅਤੇ ਫਿਰ ਇੱਕ ਵਾਰੀ ਮੈਨੂੰ ਲੱਗਦਾ ਪਲੇਨ 'ਚ ਐਂਟਰ ਹੋਣ ਤੋਂ ਪਹਿਲਾਂ ਬੋਰਡਿੰਗ ਚੈੱਕ ਕਰੂਗੇ, ਤਾਂ ਫਿਰ ਤਾਂ ਮੇਨ ਬੋਰਡਿੰਗ ਦਾ ਹੀ ਕੰਮ ਰਹਿ ਜਾਂਦਾ, ਫਿਰ ਪਾਸਪੋਰਟ ਦਾ ਕੰਮ ਨਹੀਂ ਰਹਿ ਜਾਂਦਾ, ਫਿਰ ਤਾਂ ਹਰੇਕ ਜਗ੍ਹਾ ਬੋਰਡਿੰਗ ਦੇਖ ਕੇ ਹੀ ਤੁਹਾਨੂੰ ਐਂਟਰ ਹੋਣ ਦਿੰਦੇ ਆ।
ਤੇ ਇਹ ਲਓ ਜੀ ਉਹ ਆ ਗਈ ਸੁਰੰਗ ਜਿਹੜੀ ਸਿੱਧੀ ਪਲੇਨ ਦੇ ਦਰਵਾਜ਼ੇ ਤੱਕ ਜਾਂਦੀ ਆ। ਜਿੱਦਾਂ ਪਹਿਲਾਂ ਵੀ ਦੱਸਿਆ ਪਿਆ ਮੇਨ ਫੇਰ ਪਾਸਪੋਰਟ ਕੋਈ ਨਹੀਂ ਦੇਖਦਾ, ਜਦੋਂ ਇੱਕ ਵਾਰੀ ਬੋਰਡਿੰਗ ਹੋ ਗਈ, ਜਦੋਂ ਇੱਕ ਵਾਰੀ ਉੱਥੋਂ ਸਟੈਂਪ ਹੋ ਗਿਆ, ਇਮੀਗ੍ਰੇਸ਼ਨ ਹੋ ਗਈ, ਉਸ ਤੋਂ ਬਾਅਦ ਫਿਰ ਬੋਰਡਿੰਗ ਪਾਸ ਦਾ ਖੇਡ ਰਹਿ ਜਾਂਦਾ, ਫਿਰ ਬੋਰਡਿੰਗ ਪਾਸ ਹੀ ਦੇਖਦੇ ਆ। ਤੇ ਇਹ ਸਾਹਮਣੇ ਸੁਰੰਗ ਜਿਹੜੀ ਸਿੱਧੀ ਸਾਨੂੰ ਪਲੇਨ ਦੇ ਦਰਵਾਜ਼ੇ ਤੱਕ ਲੈ ਕੇ ਚੱਲੀ ਆ, ਤੇ ਉਹ ਸਾਹਮਣੇ ਜਿਹੜੀ ਉਹ ਵਾਲੀ ਦਿਸਦੀ ਆ ਨਾ, ਉਹ ਵਾਲੀ ਸੁਰੰਗ ਜੀ ਬਣੀ ਹੋਈ ਆ ਜਿਹੜੀ, ਉਹ ਉੱਧਰ ਪਲੇਨ ਦੇ ਦੂਜੇ ਦਰਵਾਜ਼ੇ ਨੂੰ ਲੱਗੀ ਹੈ। ਇਹ ਸਿੱਧੇ ਬਿਜ਼ਨਸ ਕਲਾਸ ਵਾਲੇ ਲੋਕਾਂ, ਜਿਨ੍ਹਾਂ ਨੇ ਬਿਜ਼ਨਸ ਕਲਾਸ ਦੀਆਂ ਟਿਕਟਾਂ ਲਈਆਂ, ਉਹਨਾਂ ਨੂੰ ਮਤਲਬ ਇਕਨੋਮੀ ਕਲਾਸ ਤੋਂ ਵੱਖਰੇ ਐਂਟਰ ਕਰਦੇ ਆ ਸਿੱਧੇ ਪਲੇਨ ਦੇ ਵਿੱਚ। ਅਤੇ ਜ਼ਿੰਦਗੀ 'ਚ ਕਦੇ ਇਹ ਵੀ ਤਮੰਨਾ ਹਲੇ ਕਦੇ ਚੈੱਕ ਹੀ ਨਹੀਂ ਕਰਕੇ ਦੇਖਿਆ ਵੀ ਬਿਜ਼ਨਸ ਕਲਾਸ ਦੀ ਟਿਕਟ ਕਿੰਨੇ ਦੀ ਆ, ਜੇ ਕਦੇ ਮੌਕਾ ਮਿਲਿਆ ਤਾਂ ਬਿਜ਼ਨਸ ਕਲਾਸ ਵਿੱਚ ਵੀ ਕਿਤੇ ਸਫ਼ਰ ਕਰਾਂਗੇ। ਅਤੇ ਆਪਾਂ ਆ ਗਏ ਜੀ ਪਲੇਨ ਦੇ ਵਿੱਚ, ਆਪਣੀ ਸੀਟ ਲੱਭ ਕੇ ਅਤੇ ਆਪਾਂ ਸੀਟ 'ਤੇ ਬਹਿੰਦੇ ਹਾਂ। ਇੱਕ ਨਾ ਆਹ ਚੀਜ਼ ਮੈਂ ਦੇਖੀ ਪਲੇਨ ਦੇ ਵਿੱਚ, ਸੀਟ ਲੱਭ ਗਈ ਮੈਨੂੰ ਆਹ ਚੀਜ਼, ਇਹਨਾਂ ਨੇ ਦੇਖੋ ਇੱਥੇ ਪਰਦੇ ਲੱਗੇ, ਉੱਥੇ ਲਿਖਿਆ ਪ੍ਰੇਅਰ ਰੂਮ, ਅਤੇ ਮੈਨੂੰ ਲੱਗਦਾ ਕਿ ਆਹ ਜਿਹੜੀ ਇਹਨਾਂ ਨੇ ਗੱਪੇ ਜਗ੍ਹਾ ਰੱਖੀ ਹੋਈ ਆ, ਇੱਥੇ ਸੀਟਾਂ ਨਹੀਂ ਲੱਗੀਆਂ, ਇੱਥੇ ਨਵਾਜ਼ ਪੜ੍ਹਦੇ ਹੋਊਗੇ 100% ਪੱਕਾ। ਅਤੇ ਇੱਦਾਂ ਦਾ ਫੀਲ ਵੀ ਆਉਂਦਾ ਵੀ ਜਿੱਦਾਂ ਕਿਤੇ ਧਾਰਮਿਕ ਯਾਤਰਾ 'ਤੇ ਚੱਲੇ ਹੁੰਦੇ ਹਾਂ ਸਾਊਦੀ ਏਅਰਲਾਈਨ ਦੇ ਵਿੱਚ। ਲਓ ਜੀ ਫਾਈਨਲੀ ਹੁਣ ਪਲੇਨ ਰਨਵੇ ਵੱਲ ਨੂੰ ਜਾ ਰਿਹਾ, ਉੱਤੇ ਉੱਡਣ ਦੀ ਤਿਆਰੀ ਆ। ਅਤੇ ਪਲੇਨ ਨੇ ਪਾਇਲਟ ਨੇ ਚੱਕ ਦਿੱਤਾ ਰੇਸ ਤੋਂ ਪੈਰ, ਵੀਡੀਓ ਬਣਾਉਣ ਤੋਂ ਵਿੱਚੇ ਰਹਿ ਗਿਆ, ਮੇਰੇ ਫੋਨ ਦੀ ਕੈਮਰੇ ਦੀ ਬੈਟਰੀ ਮੁੱਕ ਗਈ। ਅਤੇ ਹੁਣ ਆਪਾਂ ਹੈਗੇ ਹਾਂ ਜੀ ਹਵਾ ਦੇ ਵਿੱਚ, ਅਤੇ ਫਲਾਈਟ ਲਗਭਗ ਲੱਗ ਗਈ ਆ, ਘੰਟੇ ਡੇਢ ਘੰਟੇ ਦੀ ਫਲਾਈਟ ਲੰਘਦੀ। ਦੇਖੋ ਇੰਨੀਆਂ ਕੰਟਰੀਆਂ ਦੇ ਉੱਪਰੋਂ ਲੰਘ ਕੇ ਆਪਾਂ ਲੰਡਨ ਵੱਲ ਨੂੰ ਵੱਧ ਰਹੇ ਹਾਂ, ਅਤੇ ਘੰਟੇ ਡੇਢ ਘੰਟੇ ਦੀ ਹੀ ਫਲਾਈਟ ਰਹਿੰਦੀ ਆ। ਅਤੇ ਹੁਣ ਨਾ ਦੇਖੋ ਜੀ ਲੰਡਨ ਆ ਗਿਆ, ਤੁਸੀਂ ਦੇਖ ਸਕਦੇ ਇੰਗਲੈਂਡ ਦਾ ਅਸਮਾਨ ਦੇ ਵਿੱਚੋਂ ਵਿਊ, ਦੇਖੋ ਕਿੰਨੀ ਸੋਹਣੀ ਲੱਗਦੀ ਧਰਤੀ, ਇਹ ਗ੍ਰੀਨਰੀ ਕਿੰਨਾ, ਕਿੰਨੇ ਰੁੱਖੇ ਰੁੱਖਾਂ ਤੇ ਸਾਰੀਆਂ ਇਮਾਰਤਾਂ ਵੀ ਜਦੋਂ ਇੱਕੋ ਜਿਹੀਆਂ ਹੋਣੀਆਂ ਨਾ, ਸਾਰਾ ਨਕਸ਼ਾ ਇੱਕੋ ਜਿਹਾ ਹੁੰਦੇ, ਫਿਰ ਦੇਖਣ ਨੂੰ ਹੋਰ ਜ਼ਿਆਦਾ ਸੋਹਣਾ ਲੱਗਦਾ। ਅਤੇ ਫਾਈਨਲੀ ਆਪਾਂ ਲੱਗੇ ਹਾਂ ਜੀ ਇੰਗਲੈਂਡ ਦੀ ਧਰਤੀ 'ਤੇ ਲੈਂਡ ਹੋਣ। ਲਓ ਜੀ ਪਲੇਨ ਆਪਣਾ ਹੋ ਗਿਆ ਲੈਂਡ। ਅਤੇ ਫਲਾਈਟਸ ਮੈਨੂੰ ਇੱਕ ਦੋ ਮੁੰਡੇ ਹੋਰ ਵੀ ਮਿਲੇ ਆ ਜਿਹੜੇ ਹੋਟਲ ਬੁਕਿੰਗ 'ਤੇ ਵੀਜ਼ਾ ਲੈ ਕੇ ਆਏ ਆ ਇੰਗਲੈਂਡ ਦਾ, ਪਹਿਲੀ ਵਾਰੀ, ਜਿਹਨਾਂ ਤੋਂ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈਗੀ। ਜਿਹੜੇ ਆਪਣੇ ਪੰਜਾਬ ਦੇ ਵਿੱਚ ਏਜੰਟ ਕਹਿੰਦੇ ਜੀ ਟਰੈਵਲ ਹਿਸਟਰੀ ਚਾਹੀਦੀ ਆ, ਇਹ ਚਾਹੀਦਾ ਵੋ ਚਾਹੀਦਾ, ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਊਂਗਾ। ਅਤੇ ਲਓ ਜੀ ਇਹ ਹੈਗਾ ਜੀ ਹੁਣ ਹੀਥਰੋ, ਲੰਡਨ ਦਾ ਦੁਨੀਆ ਦਾ ਮਤਲਬ ਇੱਕ ਬਿਜ਼ੀ ਏਅਰਪੋਰਟ ਦੇ ਵਿੱਚ ਆਉਂਦਾ ਹੀਥਰੋ ਏਅਰਪੋਰਟ, ਜਿੱਥੇ ਬਹੁਤ ਸਾਰੀਆਂ ਰੋਜ਼ ਫਲਾਈਟਾਂ ਉੱਡਦੀਆਂ ਹੈ ਨਾ, ਅਤੇ ਬਹੁਤ ਸਾਰੀਆਂ ਫਲਾਈਟਾਂ ਆਉਂਦੀਆਂ। ਅਤੇ ਹੁਣ ਆਪਾਂ ਹੈਗੇ ਜੀ UK ਬਾਰਡਰ 'ਤੇ, UK ਇਮੀਗ੍ਰੇਸ਼ਨ 'ਤੇ, ਹੁਣ ਇੱਥੋਂ ਇਮੀਗ੍ਰੇਸ਼ਨ ਚੈੱਕ ਕਰਾ ਕੇ ਜਾਵਾਂਗੇ ਬਾਹਰ। ਪਹਿਲਾਂ ਜਦੋਂ ਆਪਾਂ ਇੰਗਲੈਂਡ ਆਉਂਦੇ ਸੀ ਤਾਂ ਇੱਕ ਫੋਰਮ ਮਿਲਦਾ ਹੁੰਦਾ ਸੀ ਪਲੇਨ ਦੇ ਵਿੱਚ, ਉਹ ਭਰਨਾ ਪੈਂਦਾ ਹੁੰਦਾ ਸੀ ਕਿ ਤੁਸੀਂ ਕਿੱਥੇ ਜਾਣਾ ਆ, ਤੁਸੀਂ ਰਹਿਣਾ ਕਿੱਥੇ, ਉੱਥੇ ਦਾ ਐਡਰੈਸ ਭਰੋ। ਅਤੇ ਹੁਣ ਮੈਨੂੰ ਲੱਗਦਾ ਉਹ ਰੂਲ ਚੇਂਜ ਹੋ ਗਿਆ, ਹੁਣ ਇਹਨਾਂ ਨੇ ਕੋਈ ਫੋਰਮ ਨਹੀਂ ਦਿੱਤਾ। ਆਹ ਸਾਹਮਣੇ ਵਾਲਾ ਮੁੰਡਾ, ਇਹ ਜਿਹੜਾ ਆਹ ਗੱਲਾਂ ਕਰਦਾ ਆਂਟੀ ਦੇ ਨਾਲ, ਇਹ ਵੀਜ਼ਾ ਲੈ ਕੇ ਆਇਆ ਹੋਟਲ ਬੁਕਿੰਗ 'ਤੇ।
ਇਹਦਾ ਨਾ ਸੰਨੀ ਆ, ਇਹ ਵੀ ਹੋਟਲ ਬੁਕਿੰਗ 'ਤੇ ਵੀਜ਼ਾ ਲੈ ਕੇ ਆਇਆ, ਅਤੇ ਲਓ ਜੀ ਆਪਾਂ ਆ ਗਏ ਹਾਂ ਹੁਣ ਬਾਹਰ, ਅਤੇ ਫਾਈਨਲੀ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ UK ਤੋਂ ਬਸ ਵਧੀਆ ਵੀਡੀਓ ਬਣਾ ਕੇ ਦਿਖਾ ਸਕਾਂ, ਅਤੇ ਹਲੇ ਆਪਾਂ ਇੰਨੇ ਐਕਸਪਰਟ ਨਹੀਂ ਹੈਗੇ ਵੀਡੀਓ ਬਣਾਉਣ ਦੇ ਵਿੱਚ, ਅਤੇ ਨਾ ਹੀ ਐਡੀਟਿੰਗ ਦੇ ਵਿੱਚ, ਅਤੇ ਬਾਹਰ ਮੈਨੂੰ ਹੁਣ ਫੁੱਫੜ ਜੀ ਹੁਣੀ ਲੈਣ ਆਏ ਹੋਣੇ ਆ, ਅਤੇ ਇਹ ਮੁੰਡਾ ਜੀ ਸੰਨੀ, ਇਹਦੇ ਨਾਲ ਮੇਰਾ ਪਲਾਨ ਬਣਿਆ ਕੱਲ੍ਹ ਨੂੰ ਆਪਾਂ ਜਾਣਾ ਲੰਡਨ ਆਈ ਦੇਖਣ, ਅਤੇ ਇਹ ਵੀ ਹੋਟਲ ਬੁਕਿੰਗ 'ਤੇ ਆਇਆ, ਅਤੇ ਇਹਨੇ ਹੋਟਲ ਜਾਣਾ ਆ, ਇਹਨੂੰ ਹੁਣ ਹੋਟਲ ਡਰੋਪ ਕਰਨਾ, ਉਹ ਫੁੱਫੜ ਜੀ ਹੁਣੀ ਲੈਣ ਆਉਣਾ ਸੀ, ਅਤੇ ਮੈਂ ਇਹਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ, ਉਹਨਾਂ ਨੂੰ ਮੈਂ ਕਹਿ ਦੂੰਗਾ ਤੈਨੂੰ ਆਪਾਂ ਹੋਟਲ ਡਰੋਪ ਕਰ ਦਾਂਗੇ, ਅਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ, ਤਦ ਤੱਕ ਲਈ ਰੱਬ ਰਾਖਾ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ, ਅਤੇ ਜੇ ਭਰਾ ਕਿਸੇ ਨੂੰ ਜਾਣਕਾਰੀ ਚਾਹੀਦੀ ਹੈ ਕਿ ਤੁਸੀਂ ਹੋਟਲ ਬੁਕਿੰਗ 'ਤੇ ਕਿੱਦਾਂ ਵੀਜ਼ਾ ਲੈ ਸਕਦੇ ਹਾਂ, ਕਿਹੜੀ ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਜ਼ਰੂਰੀ ਹੈ, ਤਾਂ ਉਹ ਵੀ ਕਮੈਂਟ ਕਰਕੇ ਪੁੱਛ ਲਿਓ, ਆਪਾਂ ਦੱਸ ਸਕਦੇ ਹਾਂ, ਐਵੇਂ ਏਜੰਟਾਂ ਨੂੰ ਪੈਸੇ ਨਾ ਵਾਗਣ ਖਰਾਬ ਕਰੋ।